ਦੇ ਸਕਦੇ ਹੋ ਢੋਲ ਵੱਜ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਲੱਡੂ ਖਵਾਏ ਜਾ ਰਹੇ ਨੇ ਕਿਉਂਕਿ ਅੱਜ ਭਗਵੰਤ ਮਾਨ ਵਿਆਹ ਦੇ ਬੰਧਨ ਦੇ ਵਿੱਚ ਬੰਨ ਚੁੱਕੇ ਨੇ ਇੱਥੇ ਢੋਲੀ ਬੋਲੀਆਂ ਵੀ ਪਾ ਰਿਹਾ ਵਾ ਨਾਲ ਨਾਲ ਬੋਲੀ ਸੁਣਾਵਾਂਗੇ ਬਾਈ ਜੀ ਬੋਲੀ ਇੱਕ ਸੁਣਾ ਦਿਓ ਫਿਰ ਉਸ ਤੋਂ ਸ਼ੁਰੂਆਤ ਕਰਦੇ ਆਪਾਂ ਸਾਡੇ ਸੀਆਂ ਦਾ ਵਿਆਹ ਸਾਨੂੰ ਗੋਡੇ ਗੋਡੇ स्लोगन सादा व्याह सादे भोग ना कोई चिंता ना कोई रोग उन्होंने एक बहुत वड्डा मैसेज दिता है कि पंजाब नूं भी इसे तरीके नाल व्याह करने चाहिए ताकि अपना हर बंदा कर्जा मुक्त रहे समझो मेरी गल नूं कितना सिंपल व्याह किया है ना कोई सगन ना कोई समझो मेरी गल नूं दरवाजे नहीं खोल दिया सी एमएलए लई अज तीन महीनों च बहुत वड्डे काम करके दिखाते जी बहुत ही मैं 100 चो 100 नंबर दूंगा मान साहब नूं कि मान साहब तुसीं बहुत वधिया काम करदे पे डटे रहो साडा व्यापार मंडल पूरा पंजाब तुहाडे नाल है जी ढोल वजदे ने इसे तरह चार साल ढोल होर वजदे रहणगे सरकार वाले चलनी है बिलकुल जी बिलकुल ਲੋਕਾਂ ਦੇ ਮਨ ਚ ਖੁਸ਼ੀ ਹੈ ਖੁਸ਼ੀ ਦੇ ਮਨ ਚ ਢੋਲ ਵੱਜਦੇ ਜਦੋਂ ਇੱਕ ਗਰੀਬ ਬੰਦੇ ਦਾ ਕੰਮ ਨਹੀਂ ਹੁੰਦਾ ਤਾਂ ਹੁੰਦਾ ਸੀਗਾ ਪਹਿਲੀਆਂ ਸਰਕਾਰਾਂ ਦੇ ਵਿੱਚ ਅੱਜ ਹਰ ਕਿਸੇ ਦੇ ਮਨ ਦਾ ਕੰਮ ਹੁੰਦਾ ਤਾਂ ਉਹਨਾਂ ਦੇ ਮਨ ਚ ਖੁਸ਼ੀ ਦੇ ਢੋਲ ਵੈਸੇ ਵੱਜੀ ਜਾਂਦੇ ਆ ਸਾਡੇ ਸੀਐਮ ਨੂੰ ਸਾਡੀ ਇਹੀ ਅਰਦਾਸ ਹੈ ਜੀ ਉਹਨਾਂ ਦਾ ਘਰ ਹਮੇਸ਼ਾ ਖੁਸ਼ੀ ਵਸਦਾ ਰਹੇ ਬਾਈ ਜੀ ਕਿੰਨੀ ਖੁਸ਼ੀ ਮਨਾ ਰਹੇ ਹੋ ਅੱਜ ਲੱਡੂ ਲੱਡੂ ਖਵਾ ਰਹੇ ਹੋ ਢੋਲ ਵਜਾ ਰਹੇ ਭੰਗੜੇ ਪਾ ਰਹੇ ਸਾਨੂੰ ਗੋਡੇ ਗੋਡੇ ਚਾਹ ਸਾਡੇ ਸੀਐਮ ਦਾ ਵਿਆਹ ਤੇ ਚਾਹ ਤਾਂ ਸਾਨੂੰ ਹੈਗਾ ਹੀ ਆ ਗੋਡੇ ਗੋਡੇ ਬਾਕੀ ਇਹ ਵੀ ਸੀਐਮ ਸਾਹਿਬ ਵਰਗਾ ਬੰਦਾ ਪੰਜਾਬ ਨੂੰ ਨਾ ਮਿਲਣਾ ਨਾ ਮਿਲਿਆ ਹੁਣ ਤੱਕ ਤਾਂ ਨਹੀਂ ਮਿਲਿਆ ਅੱਗੇ ਤਾਂ ਕੁਝ ਕਹਿ ਨਹੀਂ ਸਕਦੇ ਸਾਡੇ ਸੀਐਮ ਸਾਹਿਬ ਬੈਸਟ ਆ ਵਿਆਹ ਦੀ ਖਬਰ ਜਦੋਂ ਆਈ ਕੱਲ ਕਿੱਦਾਂ ਦਾ ਲੱਗਾ ਕਿ ਸਰਪ੍ਰਾਈਜ਼ ਇੱਕ ਤਰ੍ਹਾਂ ਦਾ ਸੀ ਬੜਾ ਬੜਾ ਸ਼ੌਕਿੰਗ ਸਰਪ੍ਰਾਈਜ਼ ਸੀ ਜੀ ਖੜੇ ਪੈਰ ਇੱਕਦਮ ਅਗਰ ਤਾਂ ਲੋਕਾਂ ਨੇ ਦੇਖੋ ਬਹੁਤ ਕੁਝ ਕੀਤਾ ਪਰ ਸਾਡੇ ਸੀਐਮ ਸਾਹਿਬ ਕੋ ਓਪਨ ਕਰਦੇ ਆ ਵਧੀਆ ਤਰੀਕੇ ਨਾਲ ਚੱਲਦੇ ਆ ਵਿਆਹ ਹੋਣਾ ਜ਼ਰੂਰੀ ਹੈ ਜੀ ਹਰ ਬੰਦੇ ਨੂੰ ਲੋੜ ਹੈ ਪਾਰਟਨਰ ਦੀ ਬੰਦਾ ਟੈਨਸ਼ਨਾਂ ਵਿੱਚ ਰਿਹਾ ਹੁੰਦਾ 20-25 ਹਜ਼ਾਰ ਬੰਦਿਆਂ ਨੂੰ ਰੋਜ਼ ਮਿਲਣਾ ਕਰੇ ਜਾ ਕੋਈ ਅੱਗੋਂ ਚਾਹ ਪੁੱਛਣ ਵਾਲਾ ਚਾਹੀਦਾ ਸੀਐਮ ਸਾਹਿਬ ਨੂੰ ਚਾਹ ਪੁੱਛਣ ਵਾਲਾ ਮਿਲ ਗਿਆ ਜੀ ਗ੍ਰਹਿ ਮੰਤਰਾਲੇ ਮਿਲ ਗਿਆ ਗ੍ਰਹਿ ਮੰਤਰਾਲੇ ਮਿਲ ਗਿਆ ਹੀ ਕਰਦਾ ਹੁਣ ਚਾਹ ਵੀ ਮਿਲੂਗੀ ਰੋਟੀ ਮਿਲੂ ਟਾਇਰ ਨਾਲ ਪਰੌਂਠੇ ਮਿਲਣਗੇ ਜਿੰਨੇ ਪਰੌਂਠੇ ਵਧੀਆ ਖਾਣਗੇ ਉਹਨਾਂ ਅਸੈਂਬਲੀ ਵਧੀਆ ਬੋਲਣਗੇ ਬਾਈ ਜੀ ਲੱਡੂ ਵੰਡ ਰਹੇ ਹੋ ਗਲੀ ਗਲੀ ਚ ਲੱਡੂ ਵੰਡ ਰਹੇ ਤੁਸੀਂ ਉਹ ਬਹੁਤ ਬਹੁਤ ਮੁਬਾਰਕਾਂ ਜੀ ਸੀਐਮ ਸਾਹਿਬ ਨੂੰ ਜਦੋਂ ਕੱਲ ਪਤਾ ਲੱਗਿਆ ਨਾ ਜੀ ਲੋਕ ਇੰਨੇ ਖੁਸ਼ ਹੋਏ ਕਹਿਣ ਦੀ ਹੱਦ ਨਹੀਂ ਮੈਨੂੰ ਜਲੰਧਰੋਂ ਬਾਹਰੋਂ ਫੋਨ ਆਏ ਇਹ ਸੱਚੀ ਗੱਲ ਆ ਮੈਂ ਕਿਹਾ ਸੱਚੀ ਗੱਲ ਆ ਕੋਈ ਝੂਠ ਥੋੜਾ ਕੱਲ ਨੂੰ ਦੇਖ ਲਈ ਉਹ ਸਿਹਰੇ ਬੰਨੇ ਹੋਏ खुशी मना रहे बहुत वधिया लग रहा जी मतलब ग्रस्त जीवन दे विच उन्होंने प्रवेश किया दोबारा एक गैप तो बाद ते सारे नू एक चंगा सुनिया जांदा है कि ग्रस्त जीवन ही सब तो उत्तम जेड़े है वो जीवन है ते इहदे विच रह के ਚੰਗੀ ਦੇਸ਼ ਸਮਾਜ ਦੀ ਸੇਵਾ ਕਰ ਸਕਣਗੇ ਸਰਕਾਰ ਹੁਣ ਇਸੇ ਤਰ੍ਹਾਂ ਖੁਸ਼ੀ ਦਿੰਦੀ ਰਵੇਗੀ ਚਾਰ ਸਾਲ ਜਿੱਦਾਂ ਅੱਜ ਖੁਸ਼ੀ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਅਰਦਾਸ ਕਰਦੇ ਹਾਂ ਕਿ ਜਲਦੀ ਜਿਹੜਾ ਹੈ ਹੁਣ ਪਰਮਾਤਮਾ ਉਹਨਾਂ ਨੂੰ ਭੁਜੰਗੀ ਦੀ ਦਾਤ ਵੀ ਦੇਵੇ ਤੇ ਹੋਰ ਖੁਸ਼ੀਆਂ ਮਨਾਉਂਦੇ ਰਹੀਏ ਅਸੀਂ ਮਤਲਬ ਐਸੇ ਤਰ੍ਹਾਂ ਤਾਂ ਤਰੱਕੀ ਵੱਲ ਚੱਲੇਗਾ ਲੱਗਦਾ ਪੰਜਾਬ ਨੂੰ ਤਰੱਕੀ ਵੱਲ ਜਾਵੇਗਾ ਬਿਲਕੁਲ ਜਾਵੇਗਾ ਜੀ ਬਿਲਕੁਲ 3 ਮਹੀਨਿਆਂ ਵਿੱਚ ਜੋ ਇਹਨਾਂ ਦੇ ਕਾਰਜ ਰਹੇ ਨੇ ਉਹ ਆਪਣੇ ਆਪ ਚ ਮਿਸਾਲ ਬਣਨਗੇ ਮਤਲਬ ਅੱਜ 3 ਮਹੀਨਿਆਂ ਚ ਇਹਨਾਂ ਨੇ ਇਤਨੇ ਕੰਮ ਕੀਤੇ ਆ ਜਿਹੜਾ 5-5 ਸਾਲ ਲੰਘਾ ਕੇ ਵੀ ਨਹੀਂ ਸੀ ਕਰਦੇ ਲੋਕੀ ਤੇ ਅਜੇ ਤਾਂ ਸਾਰਾ ਸਮਾਂ ਪਿਆ ਤੇ ਡਬਲ ਖੁਸ਼ੀ ਹੋ ਰਹੀ ਹੈ ਬਿਲਕੁਲ ਕੋਈ ਸ਼ੱਕ ਨਹੀਂ ਤੇ ਸਾਰਾ ਵਪਾਰ ਮੰਡਲ ਤੇ ਲੁਧਿਆਣਾ ਵਪਾਰ ਮੰਡਲ ਦੇ ਸਾਰੇ ਮੈਂਬਰ ਬਿਲਕੁਲ ਖੁਸ਼ੀ ਨਾਲ ਝੂਮ ਮਿਲੀ ਬਿਲਕੁਲ ਇਹ ਵਪਾਰ ਮੰਡਲ ਵੱਲੋਂ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਢੋਲ ਵੱਜ ਰਹੇ ਨੇ ਭੰਗੜੇ ਪਾ ਰਹੇ ਨੇ ਲੱਡੂ ਖਵਾਏ ਜਾ ਰਹੇ ਨੇ ਕਿਉਂਕਿ ਅੱਜ ਮੀਂਹ ਪੈ ਰਿਹਾ ਜੀ ਸਵੇਰ ਦਾ ਬਿਲਕੁਲ ਮੀਂਹ ਵੀ ਪੈ ਰਿਹਾ ਵਾ ਸੋ ਇਹ ਖੁਸ਼ੀ ਮਨਾਈ ਜਾ ਰਹੀ ਹੈ ਕਹਿ ਰਹੇ ਨੇ ਜਿਸ ਤਰ੍ਹਾਂ ਅਸੀਂ ਖੁਸ਼ੀ ਮਨਾ ਰਹੇ ਇਸੇ ਤਰ੍ਹਾਂ 4.5 ਸਾਲ ਸਰਕਾਰ ਹੋਰ ਚੱਲਣੀ ਹੈ ਇਸੇ ਤਰ੍ਹਾਂ ਅਸੀਂ ਖੁਸ਼ੀ ਮਨਾਉਂਦੇ ਰਹੀਏ ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਲੱਡੂ ਖਵਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਵਪਾਰ ਮੰਡਲ ਵੱਲੋਂ ਇਹ ਖੁਸ਼ੀ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਔਰ ਕਹਿ ਰਹੇ ਨੇ ਕਿ
सरकार इसे तरह सानू तोहफे देंदे रही है, असी इसे तरह जिहड़ी आ खुशी मनांदे रही है। कैमरामैन अमन दे नाल नरेंद्र बिहंदू, जगबैन टीवी लुधियाना। देश दुनिया की हर वड्डी खबर नाल जुड़े रहने लई साडे यूट्यूब चैनल नू सबसक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो फेसबुक ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।